ਨਾਲ ਜ਼ਮੀਨ ਆਪਣੇ ਭਰਜਾਈ ਤੇ ਆਪਣੇ ਭਰਾ ਦੇ ਨਾਮ ਕਰਾ ਲਈ ਔਰ ਇਹਦਾ ਜਿਹੜੇ ਐਗਰੀਮੈਂਟ ਸੀ ਜੋ ਬਿਆਨੇ ਸੀ ਆਪਣੇ ਨਾਮ ਤੇ ਸੀਗੇ ਛੇ ਔਰ ਜਿਹੜਾ ਕਹਿੰਦਾ ਕਿ ਕੁਲਵਿੰਦਰ ਪਾਲ ਮੈਂ ਹਟਾ ਦਿੱਤਾ ਇਸ ਕੁਲਵਿੰਦਰ ਪਾਲ ਨੇ 17 ਤੇ 18 ਮਈ 2017 ਨੂੰ ਰਾਣੇ ਗੁਰਜੀਤ ਸਿੰਘ ਦੇ ਟੱਪਰ ਦੀਆਂ ਜਾ ਕੇ ਮੈਂ ਮੀਡੀਆ ਦੇ ਭਰਾਵਾਂ ਨੂੰ ਕਹਿਣਾ ਚਾਹੁੰਦਾ ਇੱਕ ਵਾਰੀ ਗੱਲ ਨੋਟ ਕਰਿਓ ਰਾਣਾ ਗੁਰਜੀਤ ਸ਼ਾਮ ਨੂੰ ਬੁਲਾ ਕੇ ਅਖਬਾਰਾਂ ਨੂੰ ਕਹਿੰਦਾ ਇਹ ਜ਼ਮੀਨ ਮੈਂ ਕਾਨੂੰਨੀ ਤੌਰ ਤੇ ਲਈ ਆ ਰਾਣਾ ਗੁਰਜੀਤ ਸਿੰਘ ਭੁੱਲ ਗਿਆ ਕਿ ਇਸੇ ਹੀ ਸਦਨ ਨੇ 2007 ਵਿੱਚ ਇੱਕ ਬਿੱਲ ਪਾਸ ਕੀਤਾ ਦ ਈਸਟ ਪੰਜਾਬ ਲੈਂਡ ਹੋਲਡਿੰਗਸ ਐਕਟ 1948 ਦੇ ਵਿੱਚ ਅਮੈਂਡਮੈਂਟ ਕਰਕੇ ਸੈਕਸ਼ਨ 42A ਸੈਕਸ਼ਨ 42A ਪਾਇਆ ਇਸੇ ਕੱਢ ਕੇ ਕਿਸੇ ਨਾਮ ਤੇ ਰਜਿਸਟਰੀ ਨਹੀਂ ਕਰਾਈ ਜਾ ਸਕਦੀ ਲੇਕਿਨ ਉਸ ADC ਦੇ ਗੈਰ ਕਾਨੂੰਨੀ ਉਹਦੀ ਆੜ ਵਿੱਚ ਰਾਣਾ ਗੁਰਜੀਤ ਸਿੰਘ ਕਹਿੰਦਾ ਇਹ 109 ਕਰੋੜ ਰਿਸਪੋਂਡੈਂਟਸ ਆਰ ਡਾਇਰੈਕਟਡ ਟੂ ਮੇਨਟੇਨ ਸਟੇਟਸ ਕੋ ਰੀਕ੍ਰੀਏਸ਼ਨ ਆਫ ਥਰਡ ਪਾਰਟੀ ਰਾਈਟਸ ਇਨ ਐਨੀ ਮੈਨਰ ਇਨ ਦਾ ਸੂਟ ਲੈਂਡ 25 ਅਪ੍ਰੈਲ 2017 ਹਾਈ ਕੋਰਟ ਭਾਜੀ ਅਸੀਂ ਡਾਕਟਰ ਨਹੀਂ ਲਾ ਸਕਦੇ ਅਸੀਂ ਫਾਇਰ ਬ੍ਰਿਗੇਡ ਨਹੀਂ ਦੇ ਸਕਦੇ ਅਸੀਂ ਪਿੰਡਾਂ ਦੇ ਵਿੱਚ ਟੀਚਰ ਨਹੀਂ ਲਾ ਸਕਦੇ ਇਹ ਸਾਡੀ ਪੋਜੀਸ਼ਨ ਬਹੁਤ ਮਾੜੀ ਆ ਅਸੀਂ ਵਾਈਟ ਪੇਪਰ ਇਸ਼ੂ ਕਰਾਂਗੇ ਔਰ ਭਰਾਓ ਸਪੀਕਰ ਸਾਹਿਬ ਇਹਨਾਂ ਦਾ ਵਾਈਟ ਪੇਪਰ ਵੀ ਬੋਗਸ ਹੋਵੇਗਾ ਉਹਦੇ ਵਿੱਚ ਕੋਈ ਰਾਹਤ ਨਹੀਂ ਹੋਵੇਗੀ ਔਰ ਮੈਂ ਯਾਦ ਕਰਾਉਣਾ ਚਾਹੁੰਦਾ ਸਿਰ ਦੇ ਉੱਤੇ ਲਗਭਗ 2.5 ਲੱਖ ਕਰੋੜ ਦਾ ਕਰਜ਼ਾ ਹੈ ਤੁਹਾਨੂੰ ਪਤਾ ਸੀ ਚੋਣਾਂ ਦੇ ਵਿੱਚ ਜਦੋਂ ਇਲੈਕਸ਼ਨ ਲੜਨ ਜਾ ਰਹੇ ਤੁਸੀਂ ਕਿਹਾ ਵਾ ਤੇ ਪੰਜਾਬ ਦੇ ਸਿਰ ਤੇ ਬਹੁਤ ਭਾਰੀ ਕਰਜ਼ਾ ਪਰ ਇਹਦੇ ਬਾਵਜੂਦ